ਕਹਿੰਦੇ ਅਸੀਂ ਨੀ ਵੜਦੇ ਅਸੀਂ ਨੀ ਵੜਦੇ ਪਹੁੰਚ ਹੀ ਗਏ ਫਿਰ ਉੱਥੇ ਵੇਖ ਕੇ ਫਿਰ ਕਰਨ ਡਈ ਗਾਂ ਹੋ ਕੇ ਨੱਚਣ ਡਈ ਹੈ ਤੇ ਮੈਂ ਆਖਾਂ ਮੈਂ ਕਿਹਾ ਬੱਲੇ ਵੇਖ ਲੈ ਦੁਨੀਆ ਵੇਖ ਲਾ ਦੋ ਮੂੰਹ ਚਾਚੀ ਜੀ ਸੂਟ ਵੇਖੇ ਕਿਹੋ ਜਿਹਾ ਪਾਇਆ ਸੀ ਇਹਨਾਂ ਦੀ ਨੇ ਆਪਣੇ ਵੱਲੋਂ ਬਣਦੀ ਸਾਰਿਆਂ ਨੂੰ ਫੈਸ਼ਨ ਹੈ ਗੱਲਾਂ ਕਰਨ ਨੂੰ ਆ ਜੀ ਜੀ ਉਹ ਨੀ ਜੀ ਤੇ ਮੈਂ ਸੂਟ ਵੇਖੇ ਤੇ ਮੇਰਾ ਹਾਸਾ ਹੀ ਨਿਕਲ ਗਿਆ ਮੈਂ ਵੇਖ ਸਹੀ ਉੱਤੋਂ ਜੂੜਾ ਕਰਾਇਆ ਕਿਤੇ ਮੈਂ ਇੱਥੇ ਜੂੜਾ ਕਰਾਇਆ ਹੈ ਗੱਲਾਂ ਕਰਨ ਲੱਗਿਆ ਵੇਖੀ ਕਿਤੇ ਇਹਨੂੰ ਇਹ ਸਮਝਦੀ ਵੀ ਇਸ ਤੋਂ ਵਧੀਆ ਹੈ ਹੀ ਕੋਈ ਫੜਨ ਵੀ ਪਾਤੀ ਖੁਰੇ ਮੁੰਦਰੀ ਇਹਨਾਂ ਨੇ ਚਲੋ ਚੰਗੇ ਲੱਗਦੇ ਮੈਨੂੰ ਹਨਾ ਕੁੜੀ ਵਾਲੇ ਵਧੀਆ ਵਾ ਮੁੰਦਰੀ ਫੁੱਫੜ ਦੀ ਵੀ ਮਿਲਣੀ ਕਰਾਈ ਮੁੰਦਰੀ ਪਾਈ ਸੀ ਚਿੰਨੇ ਵੀ ਕੋਈ ਮੁੰਦਰੀ ਪਾਈ ਇਹਨਾਂ ਨੇ ਨਹੀਂ ਚਾਚੇ ਦਾ ਇਕੱਲਾ ਕੰਬਲ ਸੀ ਕਿਉਂ ਉਹਨੂੰ ਜ਼ਿਆਦਾ ਠੰਡ ਲੱਗਦੀ ਕਿਤੇ ਇੱਕ ਅਗਲੇ ਮੁੰਦਰੀ ਪਾਈ ਤੇ ਉੱਤੋਂ ਆਉਂਦੀ ਹੈ ਜੀ ਛਿਲਤਰ ਕੀ ਮੁੰਦਰੀ ਇੱਕ ਮੁੰਦਰੀ ਇਹ ਤੇ ਫੂਕ ਮਾਰਿਆ ਉੱਡ ਜਾਂਦੀ ਮੈਂ ਕਿਹਾ ਜਦੋਂ ਬਣਾ ਕੇ ਦੇਣੀ ਪਵੇ ਨਾ ਪਤਾ ਫਿਰ ਲੱਗਦਿਆ ਅਗਲੇ ਧੀ ਵਾਲਿਆਂ ਦਾ ਜ਼ੋਰ ਲੱਗ ਗਿਆ ਸਾਰਾ ਤੁਹਾਡੇ ਭਾਅ ਦੀ ਛਿਲਤਰ ਲਹਿੰਗਾ ਕਿੱਡਾ ਸੋਹਣਾ ਪਾਇਆ ਸੀ ਕੁੜੀ ਨੇ ਜੇ ਦਿੰਦਿਆ ਸੀ ਇਹਨੂੰ ਹਨਾ ਮੇਕਅਪ ਵੀ ਸੋਹਣਾ ਕਰਾ ਕੇ ਆਈ ਛੰਡਾਈ ਮੈਨੂੰ ਕਿ ਤੁਸੀਂ ਤੁਸੀਂ ਕਿੰਨਾ ਸਗਨ ਪਾਉਣਾ ਮੈਂ ਕਿਹਾ ਵੀ ਅਸੀਂ ਤੇ ਭਾਈ ਆਪਣੇ ਹਿਸਾਬ ਨਾਲ ਪਾਉਣਾ ਤੁਸੀਂ ਆਪਣੇ ਵੇਖ ਲਓ ਸਾਡੀ ਜਿੱਡੀ ਗੁੰਜਾਇਸ਼ ਅਸੀਂ ਉਹਨਾਂ ਪਾ ਲਾਂਗੇ ਜਿੰਨਾ ਸਾਡਾ ਮਿਲਣ ਵਰਤਣ ਜਿੰਨਾ ਤੁਹਾਡਾ ਤੁਸੀਂ ਪਾਓ ਹੈ ਅਸੀਂ ਕਦੋਂ ਦੱਸਦੇ ਫਿਰੀ ਅਸੀਂ ਕਿੰਨਾ ਪਾਉਣਾ ਮੈਨੂੰ ਨਹੀਂ ਸੁਭਾਅ ਪਸੰਦ ਆਈਸਕ੍ਰੀਮ ਸਵਾਦ ਹੀ ਉਹਦਾ ਨਹੀਂ ਗਜਰੇਲਾ ਜ਼ਿਆਦਾ ਸਵਾਦ ਸੀ ਉਹ ਵੀ ਨਹੀਂ ਮੈਂ ਤੇ ਖਾਦਾ ਹੀ ਨਹੀਂ ਇਹ ਸਾਰਾ ਵਿਆਹ ਲੰਘ ਗਿਆ ਤੇ ਚਾਚੇ ਧੀਰੇ ਨੇ ਤੇ ਆਟਮ ਨਹੀਂ ਲਾਈ ਉਹ ਤੇ ਰਹਿੰਦਾ ਨਹੀਂ ਹੁੰਦਾ ਕਿਸੇ ਵੀ ਵਿਆਹ 'ਚ ਤੇ ਜਾਂ ਆਪਾਂ ਰੋਟੀ ਖਾ ਨਹੀਂ ਚੱਲੇ ਉਦੋਂ ਮੈਂ ਨਹੀਂ ਲੱਗਾ ਨਾਗਿਨ ਡਾਂਸ ਲਾ ਕੇ ਤੇ ਕਿਤੇ ਨਾਗਨ ਵਾਲਾ ਗਾਣਾ ਤੇ ਮੇਲਦਾ ਫਿਰੇ ਮੈਂ ਨਾਗਣ ਤੂੰ ਸਪੇਰਾ ਚੰਗਾ ਜੋਗੀ ਬਣਿਆ ਉਹ ਤੇ ਨਾਲੇ ਮੇਲਣ ਡਈ ਨਾਗਣ ਬਣ ਕੇ ਮੈਂ ਕਿਹਾ ਤੁਹਾਡੀ ਆਈਟਮ ਨਾ ਪਾਪਾ ਲਈ ਹੈ ਚਿੱਟੀ ਦਾੜੀ ਤੇਰੀ ਤੂੰ ਚੰਗਾ ਲੱਗਦਾ ਉਹਦੇ ਨਾਗਣ ਬਣਿਆ ਦੱਸ ਮੈਨੂੰ ਹੈ ਮੈਂ ਇਹਨਾਂ ਦਾ ਹਰ ਵਿਆਹ 'ਚ ਹੀ ਇਹੋ ਕੰਮ ਆ ਇਹਨਾਂ ਦਾ ਚੱਲ ਸੁਭਾਅ ਹੋ ਜਾਣੀ ਮੈਂ ਗੱਲ ਨਹੀਂ ਕਰਦੀ ਪਰ ਗੱਲ ਖੁਣੋ ਗੱਲ ਕਰੀਏ ਤੇ ਬਾਹਰ ਵਾਲਿਆਂ ਪਿੱਛੇ ਕਹਿ ਤੁਰੇ ਫਿਰ ਦੇਖ ਗਏ ਅੱਗੇ ਪਿੱਛੇ ਮੈਂ ਨਹੀਂ ਰੋਟੀ ਖਾ ਲਈ ਜੀ ਹੈ ਇੱਥੇ ਖਾ ਲੇ ਜੀ ਆ ਪੀ ਲਿਆ ਜੀ ਹੈ ਜਿਵੇਂ ਉਹਨਾਂ ਨਾਲ ਹੀ ਲੈ ਜਾਣਾ ਹੁੰਦਾ ਉਹਨਾਂ ਨੇ ਬਾਹਰ ਬੜੀ ਜਨਤਾ ਸ਼ੈਤਾਨ ਹੈ ਕਿ ਨਹੀਂ ਮੈਂ ਨਹੀਂ ਮੈਂ ਬਰਾਰ ਕੇ ਹੋਲੀ ਜੀ ਕਿਹਾ ਮੈਂ ਕਿਹਾ ਹੀ ਆ ਫਿਰ ਮੈਂ ਨਹੀਂ ਕੱਚਾ ਜਿਹਾ ਕਿਹਦੀ ਕੁਸ਼ਤੀ ਖਾਣੀ ਮੈਂ ਖਾਲੀ ਰੋਟੀ ਤੁਸੀਂ ਤਾਂ ਖਾਓ ਟੇਬਲਾਂ ਤੇ ਬਹਿ ਕੇ ਸਾਨੂੰ ਤਾਂ ਕਿਸੇ ਨੇ ਟੇਬਲ ਤੇ ਬਹਿਣ ਨੂੰ ਕਿਹਾ ਹੀ ਨਹੀਂ ਆਪਾਂ ਨੂੰ ਕੀ ਲੱਗੇ ਸਾਨੂੰ ਨਹੀਂ ਆਦਤ ਹੈਗੀ ਐਵੇਂ ਕਿਸੇ ਦੀ ਮਾੜੀ ਚੰਗੀ ਕਰਨ ਦੀ ਹੈ ਵਿਆਹ ਵੇਖਣਾ ਸਗਨ ਪਾਉਣਾ ਹੀ ਰੋਟੀ ਖਾ ਐ ਮਾੜੀ ਚੰਗੀ ਆਹ ਠੀਕ ਹੈ ਟਿੱਕੀਆਂ ਮਾੜੀਆਂ ਹੈਗੀਆਂ ਉਹਨਾਂ ਦੀਆਂ ਸਵਾਦ ਨਹੀਂ